कोऑपरेटिव बैंक वल्टोहा दे विच नवीं आए मैनेजर ने बैंक दे विच काम करदी ऐसी बरादरी दी औरत दे नाल कीता मंदभागा सलूक। मैनेजर वल्लों औरत दी जाति दे खिलाफ बोली गई भद्दी शब्दावली। बैंक दे मैनेजर ने अपने ते लगे सारखी दोषां नूं सिरे तों नकारिया। दरअसल जिला तरनतारन अधीन पैंदे कस्बा वल्टोहा दी कोऑपरेटिव बैंक दे विच नवीं आए मैनेजर ते ऐसी बरादरी दी इक औरत जसविंदर कौर ने दस्सिया कि कोऑपरेटिव बैंक वल्टोहा दे विच 2015 तों ओह काम करती आ रही है ते 20 मई नूं नवीं आए मैनेजर जतिंदर मोहन ब्रिज ने उस नूं आउंदे सार ये कहना शुरू कर दिता कि तू छोटी जातरी दी असी तेरे हाथ दी चाह नहीं पीनी, तू किसी भी सैक्रेटरी नूं चाह नहीं देंगी, तू सिर्फ बूट पालशा करेंगी। औरत ने दस्सिया कि मैं जद उसका विरोध किया तो बैंक मैनेजर ने उस नूं जाति सूचक बोल के बैंक दे विच आउण तों रोकिया ते कहा कि जे तू दोबारा बैंक दे विच वड़ी तां तेरे चपेड़ा पैणगियां। उस तों बाद औरत ने दस्सिया कि बैंक दे वल्लों उच्च अधिकारियां दे नाल गलबात कीती गई। पीड़ित औरत दे वल्लों मांग कीती जा रही है कि उसनूं इंसाफ दिता जावे, जेकर ओह काम तों चली गई तां उसदे बच्चे रोटी कित्थों खाणगे। ਜੋ ਕਿ ਉਹ ਵਿਚਾਰੇ ਕਲਪ ਰਹੇ ਨੇ, 5 ਸਾਲ ਤੋਂ ਇੱਕ ਬੰਦਾ ਜੋਬ ਕਰ ਰਿਹਾ ਹੋਵੇ ਅਤੇ ਉਹਨੂੰ ਆਪਾਂ ਮਾੜਾ ਚੰਗਾ ਬੋਲੀਏ, ਠੀਕ ਆ, ਉਲਟਾ ਉਹਨੂੰ ਉਹ ਫਰੀ 'ਚ ਕਹਿ ਰਿਹਾ ਵੀ ਮੈਨੂੰ ਤਨਖਾਹ ਆਊਗੀ ਜਦੋਂ, ਕੋਈ ਗੱਲ ਨਹੀਂ ਮੈਨੂੰ ਕੰਮ ਤਾਂ ਕਰਨ ਦਿਓ। ਦੇਖੋ ਨਾ ਕੋਈ ਮਤਲਬ ਸਰ ਪਹਿਲੇ ਮੈਨੇਜਰ ਸਾਹਿਬ ਉਹਨਾਂ ਦੇ ਵੀ ਕੋਈ ਅਫਸਰ ਪਾਵਰ ਸੀ ਅਤੇ ਤਾਂ ਹੀ ਉਹਨਾਂ ਸਾਈਨ ਕਰਕੇ ਭੇਜੇ ਸੀ ਉੱਤੇ, ਉਹਨਾਂ ਦੀ ਸੇਵਾਵਾਂ ਵੇਖ ਕੇ ਇੱਥੇ ਚੰਗੀਆਂ ਸੇਵਾਵਾਂ ਦੇ ਰਹੇ ਹੋਣਗੇ ਤਾਂ ਹੀ ਉਹਨਾਂ ਨੂੰ ਮਤਲਬ ਉਹਨਾਂ ਦੀ ਜਾਤੀ ਦੇ ਖਿਲਾਫ ਇਹਨਾਂ ਬੋਲਿਆ ਜੀ। ਕੀ ਮੰਗ ਕਰਦੇ ਤੁਸੀਂ? ਅਸੀਂ ਕਹਿੰਦੇ ਕਿ ਜਿਸ ਨੂੰ ਇਨਸਾਫ ਮਿਲਣਾ ਚਾਹੀਦਾ ਜਸਵਿੰਦਰ ਕੌਰ ਨੂੰ, ਜਿਹੜੇ ਇੱਥੇ 5 ਸਾਲਾਂ ਤੋਂ ਵਿਚਾਰੇ ਹਰ ਇੱਕ ਗਾਹਕ ਨੂੰ ਹਰ ਇੱਕ ਸੈਕਟਰੀ ਨੂੰ ਪਾਣੀ ਚਾਹ ਪਾਣੀ ਸੇਵਾ ਇੱਥੇ ਕਰ ਰਹੇ ਨੇ ਆਪਦੀ। ਪਹਿਲੀ ਗੱਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਕੋਲ ਹੈੱਡ ਆਫਿਸ ਦਾ ਕਾਗਜ਼ ਨਹੀਂ ਹੈਗਾ, ਮੇਰੇ ਕੋਲ ਬ੍ਰਾਂਚ ਦਾ ਹੀ ਕਾਗਜ਼ ਹੈ। ਜਿਹੜੇ ਸਾਬਕਾ ਬ੍ਰਾਂਚ ਮੈਨੇਜਰ ਵਲਟੋਹਾ ਗਏ ਸੀ ਉਹਨਾਂ ਨੇ ਇੱਕ ਚਿੱਠੀ ਭੇਜੀ ਸੀ ਕਿ ਜਿਹੜੇ ਹੈ ਪ੍ਰਾਈਵੇਟ ਮੁਲਾਜ਼ਮ ਨੇ ਇਹਨਾਂ ਨੂੰ ਇੱਥੇ ਪੱਕਾ ਕੀਤਾ ਜਾਵੇ। ਇਹਨਾਂ ਨੇ ਲੈਟਰ ਅੱਜ ਮੈਨੂੰ ਮੇਰੀ 20 ਤਰੀਕ ਦੀ ਜੁਆਇਨਿੰਗ ਹੈ ਅਤੇ ਇਹਨਾਂ ਨੇ ਲੈਟਰ ਮੈਨੂੰ ਦਿੱਤੀ ਅੱਜ 3 ਜੂਨ ਨੂੰ। ਹੁਣ ਇਸ ਚਿੱਠੀ ਦਾ ਆਪਾਂ ਹੈੱਡ ਆਫਿਸ ਨੂੰ ਲਿਖ ਕੇ ਬੇਨਤੀ ਲਿਖ ਕੇ ਜਵਾਬ ਮੰਗਾਂਗੇ ਕਿ ਜਿਹੜੀ ਬੇਨਤੀ ਤੁਹਾਨੂੰ ਜਸਵਿੰਦਰ ਕੌਰ ਨੇ ਹੈੱਡ ਆਫਿਸ ਕੀਤੀ ਹੈ ਕੀ ਉਹ ਪ੍ਰਵਾਨ ਹੋ ਗਈ ਹੈ? ਅਗਰ ਉਹ ਪ੍ਰਵਾਨ ਹੋ ਗਈ ਆ ਤਾਂ ਫਿਰ ਉਹਦਾ ਜਿਹੜਾ ਇਹਨਾਂ ਦੀ ਅਪੁਆਇੰਟਮੈਂਟ ਜਿਹੜੀ ਹੈਗੀ ਉਹ ਮੇਰੇ ਕੋਲ ਆਊਗੀ ਐਜ਼ ਅ ਸਵੀਪਰ ਅਤੇ ਫਿਰ ਉਸ ਤੋਂ ਬਾਅਦ ਕੰਮ ਕਰ ਸਕਦੇ। ਸਰ ਤੁਸੀਂ ਤੁਹਾਡੇ ਵੱਲੋਂ ਇਹਨਾਂ ਨੂੰ ਕਿੰਨੇ ਦਿਨਾਂ ਤੋਂ ਰੋਕਿਆ ਜਾ ਰਿਹਾ ਬੈਂਕ 'ਚ ਨਾ ਆਉਣ ਤੋਂ? ਮੇਰੇ ਵੱਲੋਂ ਜਦੋਂ ਮੈਂ 20 ਤਰੀਕ ਨੂੰ ਜੁਆਇਨ ਕੀਤਾ ਸੀ ਮੇਰੇ ਵੱਲੋਂ ਉਹਦੇ ਉਸ ਦਿਨ ਹੀ ਜਵਾਬ ਹੋ ਗਿਆ ਸੀ ਕਿਉਂਕਿ ਇਹ ਕਹਿੰਦੇ ਸੀ ਕਿ ਮੈਂ ਤਨਖਾਹ ਨਹੀਂ ਲੈਣੀ ਕੋਈ, ਪਰ ਮੈਨੂੰ ਉਸ ਤਰ੍ਹਾਂ ਹੀ ਆਉਣ ਦਿਓ ਬੈਂਕ ਦੇ ਅੰਦਰ। ਹੁਣ ਇਹ ਜ਼ਿੰਮੇਵਾਰੀ ਵਾਲੇ ਕੰਮ ਹੈ, ਇੱਥੇ ਕੈਸ਼ ਵੀ ਹੈ, ਕਸਟਮਰ ਵੀ ਹੈ, ਵੋਚਰ ਵੀ ਹੈ। ਇੱਕ ਬੰਦਾ ਜਿਹੜਾ ਤਨਖਾਹ ਨਹੀਂ ਲਏਗਾ ਜਾਂ ਉਹਨੂੰ ਪ੍ਰਾਈਵੇਟ ਮੁਲਾਜ਼ਮ ਕੋਈ ਤਨਖਾਹ ਨਹੀਂ ਦੇਗਾ, ਉਹ ਬੰਦਾ ਕਿਵੇਂ ਬੈਂਕ ਦੇ ਅੰਦਰ ਐਂਟਰੀ ਕਰ ਸਕਦਾ? ਸਰ 2016 ਦੇ ਇੱਥੇ ਉਹ ਮੁਲਾਜ਼ਮ ਨੇ, ਜੇ ਉਦੋਂ ਦਾ ਬੈਂਕ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਡੇ ਜੁਆਇਨਿੰਗ ਤੋਂ ਬਾਅਦ ਹੀ ਨੁਕਸਾਨ ਹੋਣਾ। ਸਰ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਵੀ 2016 ਤੋਂ ਆ ਰਹੇ, ਕਿਉਂਕਿ ਮੇਰੀ ਅਪੁਆਇੰਟਮੈਂਟ ਜਿਹੜੀ ਹੈ ਉਹ 20 ਮਈ ਨੂੰ ਹੋਈ। ਸਰ ਇੱਕ ਲੇਡੀ ਜੂ ਹੁੰਦੇ ਨਾਤੇ ਆਪਾਂ ਫੋਨ ਤੇ ਉਹਨਾਂ ਨੂੰ ਗਾਲਾਂ ਕੱਢ ਸਕਦੇ? ਆਪਾਂ ਕੋਈ ਗੱਲ ਨਹੀਂ ਕੱਢੀ। ਤੁਸੀਂ ਉਹਨਾਂ ਦੇ ਜਾਤੀ ਦੇ ਬਰਖਲਾਫ ਉਹਨਾਂ ਨੂੰ ਕਿਹਾ ਕਿ ਤੁਸੀਂ ਆਹ ਫਲਾਨੀ ਜਾਤੀ ਦੇ ਉਹ ਜੇ? ਮੈਨੂੰ ਤਾਂ ਪਤਾ ਵੀ ਨਹੀਂ, ਮੇਰੇ ਲਈ ਤਾਂ ਸਾਰੇ ਭਰਮ ਇੱਕੋ।